ਸੱਚੀ ਗੱਲ ਦੋਸਤੋ ਮਾਨਡ ਅਗਰੀਕਲਚਰ YouTube ਚੈਨਲ ਤੇ Facebook ਪੇਜ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਗੰਨੇ ਦੀ ਵਧੀਆ ਕਿਸਮ ਦੀ ਪਨੀਰੀ ਆਪਾਂ ਕਿਵੇਂ ਤਿਆਰ ਕਰ ਸਕਦੇ ਹਾਂ ਜੀ ਕਿਹੜੀਆਂ ਕਿਹੜੇ ਚੀਜ਼ਾਂ ਦਾ ਧਿਆਨ ਰੱਖਣਾ ਹੈ ਜੀ ਉਹ ਸਾਰੀਆਂ ਗੱਲਾਂ ਆਪਾਂ ਇਸ ਵੀਡੀਓ ਵਿੱਚ ਕਰਾਂਗੇ ਤਾਂ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਥੋੜੀ ਜੀ ਤੁਹਾਡੇ ਨਾਲ ਇੱਕ ਡਿਸਕਸ਼ਨ ਜਿਹੜੀ ਕਰਨੀ ਚਾਹੁੰਨਾ ਕਿ ਜੇ ਕਿਸੇ ਨੂੰ ਗੰਨੇ ਦੀ ਪਨੀਰੀ ਦੀ ਜ਼ਰੂਰਤ ਹੋਵੇ ਤਾਂ ਉਹ ਸਾਡੇ ਕੋਲ ਗੰਨੇ ਦੀ ਪਨੀਰੀ ਖਰੀਦ ਸਕਦਾ ਹੈ ਜੀ ਪਰ ਖਰੀਦਣ ਦਾ ਇੱਕ ਜਿਹੜਾ ਪਹਿਲਾ ਮੁੱਖ ਕੰਮ ਹੈ ਜੀ ਕਿ ਬੁਕਿੰਗ ਕਰਾਉਣੀ ਪਊਗੀ ਜੀ ਜਦੋਂ ਤੁਸੀਂ ਬੁਕਿੰਗ ਕਰਾਉਂਦੇ ਹੋ ਤਾਂ ਉਸ ਤੋਂ 1 ਮਹੀਨਾ ਬਾਅਦ ਹੀ ਤੁਹਾਨੂੰ ਪਨੀਰੀ ਜਿਹੜੀ ਉਹ ਮਿਲੇਗੀ ਅੱਜ 30 ਮਾਰਚ 2021 ਜਿਹੜੀ ਤਾਰੀਖ ਹੈ ਜੀ ਜਦੋਂ ਮੈਂ ਇਹ ਵੀਡੀਓ ਬਣਾ ਰਿਹਾ ਤਾਂ ਜੇ ਤੁਸੀਂ ਅੱਜ ਬੁੱਕ ਕਰਾਉਂਦੇ ਹੋ ਤਾਂ ਲਗਭਗ 1 ਮਹੀਨੇ ਬਾਅਦ ਅਸੀਂ ਤੁਹਾਨੂੰ ਪਨੀਰੀ ਜਿਹੜੀ ਦੇ ਸਕਦੇ ਹਾਂ ਬੁਕਿੰਗ ਕਰਾਉਣ ਦਾ ਤੁਹਾਨੂੰ ਜਿਹੜੇ 70% ਪੈਸੇ ਹੈ ਜੀ ਐਡਵਾਂਸ ਦੇਣੇ ਪੈਣਗੇ ਜਿੰਨੇ ਵੀ ਹੈ ਜੀ 5 ਰੁਪਏ ਇੱਕ ਪਲਾਂਟ ਦੀ ਇੱਕ ਬੂਟੇ ਦੀ ਜਿਹੜੀ ਕੀਮਤ ਆ ਉਹ ਰੱਖੀ ਗਈ ਹੈ ਤੁਹਾਨੂੰ ਖੁਦ ਲੈ ਕੇ ਜਾਣੇ ਪੈਣਗੇ ਜੇ ਇਸ ਜਗ੍ਹਾ ਤੋਂ ਲੈ ਕੇ ਜਾਣੇ ਆ ਮੇਰੇ ਖੇਤ ਦਾ ਐਡਰੈਸ ਸਾਰਾ ਕੁਝ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਐਡਰੈਸ ਫੋਨ ਨੰਬਰ ਸਾਰਾ ਕੁਝ ਮਿਲ ਜੂਗਾ ਜੀ ਤੇ ਇਹ ਵੈਰਾਈਟੀ ਜਿਹੜੀ ਜੀ 85 ਵੈਰਾਈਟੀ ਹੈ ਤੇ 8 ਤੋਂ 10000 ਪੌਦਾ ਪ੍ਰਤੀ ਏਕੜ ਜਿਹੜਾ ਉਹ ਲੱਗਦਾ ਹੈ ਜੀ 8 ਤੋਂ 10000 ਪੌਦਾ ਪ੍ਰਤੀ ਏਕੜ ਉਸ ਗੱਲ ਦਾ ਤੁਸੀਂ ਹਿਸਾਬ ਜਿਹੜਾ ਉਹ ਲਾ ਲਿਓ ਤੇ ਹੁਣ ਆਪਾਂ ਗੱਲ ਕਰਦੇ ਆਂ ਜੀ ਪਨੀਰੀ ਤਿਆਰ ਕਿਵੇਂ ਕਰਨੀ ਹੈ ਜੇ ਅਸੀਂ ਇਸ ਨੂੰ ਕੋਕੋ ਪੀਟ ਚ ਤਿਆਰ ਕਰਨਾ ਹੈ ਜੀ ਨਾਰੀਅਲ ਦੇ ਬੂਰੇ ਦੇ ਵਿੱਚ ਤਾਂ ਉਹਦੇ ਬਾਰੇ ਪਹਿਲਾਂ ਵੀਡੀਓ ਬਣੀਆਂ ਹੋਈਆਂ ਜੀ ਕਿਹੜਾ ਕਿਹੜਾ ਸਮਾਨ ਪਾਉਣਾ ਕਿੰਨੀ ਮਾਤਰਾ ਚ ਪਾਉਣਾ ਉਹ ਤੁਸੀਂ ਵੀਡੀਓ ਦੇਖ ਲਿਓ ਪਟਰੀਆਂ ਵਾਲੀ ਪਨੀਰੀ ਤਿਆਰ ਲਈ ਮਟੀਰੀਅਲ ਕਿਹੜਾ ਕਿਹੜਾ ਚਾਹੀਦਾ ਤਾਂ ਸਭ ਤੋਂ ਜ਼ਰੂਰੀ ਹੈ ਜੀ ਆਪਾਂ ਨੂੰ ਅੱਖ ਜਿਹੜੀ ਗੰਨੇ ਦੀ ਹੈ ਅਸੀਂ ਸਿਰਫ ਅੱਖਾਂ ਦੀ ਵਰਤੋਂ ਕਰਨੀ ਹੈ ਜੀ ਟਰੇਆਂ ਵਿੱਚ ਪਨੀਰੀਆਂ ਤਿਆਰ ਕਰਨ ਲਈ ਤਾਂ ਅੱਖਾਂ ਤੁਸੀਂ ਬੱਡ ਕਟਰ ਦੇ ਨਾਲ ਕੱਟ ਸਕਦੇ ਹੋ ਜਾਂ ਆਪਣੇ ਕੋਈ ਅਚਾਰ ਪਾਉਣ ਵਾਲਾ ਟੋਕਾ ਹੁੰਦਾ ਜਿਹੜਾ ਉਹਦੇ ਨਾਲ ਕੱਟ ਸਕਦੇ ਹੋ ਮੇਰੇ ਕੋਲ ਇਸ ਵੇਲੇ ਬੱਡ ਕਟਰ ਨਹੀਂ ਸੀ ਮੈਂ ਵੀਡੀਓ ਬਣਾਉਣ ਦੇ ਲਈ ਮੈਂ ਨਾਰਮਲ ਦਾਤਰ ਦੀ ਵੱਤੋ ਕਰ ਰਿਹਾ ਤਾਂ ਇਸ ਤਰੀਕੇ ਨਾਲ ਅਸੀਂ ਅੱਖ ਵਾਲੀਆਂ ਜਿਹੜੀਆਂ ਗੁੱਲੀਆਂ ਜੀ ਉਹ ਅਲੱਗ ਕਰ ਰਹੇ ਹਾਂ ਤਾਂ ਦੂਜੀ ਜਿਹੜੀਆਂ ਗੁੱਲੀਆਂ ਉਹ ਅਲੱਗ ਕਰ ਰਹੇ ਹਾਂ ਸਿਰਫ ਅੱਖ ਵਾਲੀਆਂ ਗੁੱਲੀਆਂ ਹੀ ਤੁਸੀਂ ਵਰਤਣੀਆਂ ਜੀ ਚੰਗੀ ਕੁਆਲਿਟੀ ਦਾ ਗੰਨਾ ਤੁਸੀਂ ਲੈਣਾ ਸਾਡੇ ਕੋਲ 85 ਵੈਰਾਈਟੀ ਹੈ ਜੀ ਤੇ ਬਹੁਤ ਵਧੀਆ ਇਹ ਗੁੜ ਦੇ ਵੀ ਕੰਮ ਆਉਂਦੀ ਹੈ ਤਾਂ ਗੰਨਾ ਇਹ ਚੂਪੰਟ ਵੀ ਪੋਲਾ ਬਹੁਤ ਬੱਡ ਕਟਰ ਦੇ ਨਾਲ ਜੇ ਤੁਸੀਂ ਕਰਦੇ ਹੋ ਤਾਂ ਗੁੱਲੀਆਂ ਜਿਹੜੀਆਂ ਤੁਹਾਡੀਆਂ ਫਟਦੀਆਂ ਨਹੀਂ ਇਸ ਗੱਲ ਦਾ ਤੁਸੀਂ ਧਿਆਨ ਰੱਖ ਲਿਓ ਚੰਗੀਆਂ ਤੇ ਵਧੀਆ ਜਿਹੜੀਆਂ ਅੱਖਾਂ ਉਹਨਾਂ ਦੀ ਕਿਸਮ ਦੀ ਚੋਣ ਕਰਨ ਤੋਂ ਬਾਅਦ ਆਪਾਂ ਬੀਜ ਨੂੰ ਜਿਹੜਾ ਉਹ ਸੋਧਣਾ ਹੈ ਜੀ ਜੇ ਤਾਂ ਤੁਸੀਂ ਕੈਮੀਕਲ ਤਰੀਕਾ ਵਰਤਣਾ ਹੈ ਤਾਂ ਕਾਰਬਨ ਰੈਜ਼ਮ ਲੈ ਸਕਦੇ ਹੋ ਜੀ 2 ਗ੍ਰਾਮ ਪਰ ਲੀਟਰ ਪਾਣੀ ਦੇ ਹਿਸਾਬ ਦੇ ਨਾਲ ਤਾਂ ਜੇ ਤੁਸੀਂ ਆਰਗੈਨਿਕ ਤਰੀਕਾ ਵਰਤਣਾ ਹੈ ਤਾਂ 5 ਗ੍ਰਾਮ ਟ੍ਰਾਈਕੋਦਰਮਾ ਦੇ 5 ਗ੍ਰਾਮ ਸੂਡੋਮonas ਦੋਵੇਂ ਤੁਸੀਂ ਲੈਣੇ ਆ ਜੀ ਤਾਂ 1 ਲੀਟਰ ਪਾਣੀ ਦੇ ਹਿਸਾਬ ਦੇ ਨਾਲ ਜਿੰਨੇ ਲੀਟਰ ਪਾਣੀ ਦਾ ਤੁਸੀਂ ਘੋਲ ਬਣਾਉਣਾ ਜਿੰਨੇ ਲੀਟਰ ਪਾਣੀ ਚ ਘੋਲ ਕੇ ਤੇ 5 ਤੋਂ 7 ਮਿੰਟ ਇਹਨਾਂ ਨੂੰ ਜਿਹੜੀਆਂ ਅੱਖਾਂ ਜਿਹੜੀਆਂ ਗੁੱਲੀਆਂ ਆਪਾਂ ਕਟੀਆਂ ਹੋਈਆਂ ਉਹਨਾਂ ਵਿੱਚ ਭਿਉਂ ਕੇ ਰੱਖਣਾ ਹੈ ਤਾਂ ਉਸ ਤੋਂ ਬਾਅਦ ਇਸ ਦੀ ਬਜਾਈ ਜਿਹੜੀ ਟ੍ਰੇਨ ਦੇ ਵਿੱਚ ਕਰ ਦੇਣੀ ਹੈ ਹੁਣ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਆਂ ਵੀ ਆਪਾਂ ਜਿਹੜੇ ਇਹਨੂੰ ਹੁਣ ਦੀ ਫਿਲਿੰਗ ਜਿਹੜੀ ਉਹ ਕਿਸ ਤਰ੍ਹਾਂ ਕਰਨੀ ਹੈ ਕੋਕੋ ਪੀਟ ਨਾਰੀਅਲ ਦਾ ਬੂਰਾ ਜਿਹੜਾ ਜਾਂ ਜਿਹੜਾ ਮਟੀਰੀਅਲ ਆਪਣਾ ਰੈਡੀ ਹੈ ਉਹ ਉਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਵੀਡੀਓ ਬਣੀਆਂ ਹੋਈਆਂ ਤੁਸੀਂ ਦੇਖ ਲਿਓ ਉਹ ਅਸੀਂ ਲੈਣਾ ਜੀ ਟਰੇ ਦੇ ਵਿੱਚ ਉਹਨੂੰ ਟਰੇ ਦੇ ਵਿੱਚ ਭਰਨਾ ਹੈ ਜੀ ਅੱਧਾ ਤੇ ਅੱਧੀ ਟਰੇ ਭਰ ਦੇਣੀ ਹੈ ਜੀ ਆਪਾਂ ਉਹਦੇ ਨਾਲ ਅੱਧੀ ਟਰੇ ਭਰਨ ਤੋਂ ਬਾਅਦ ਆਪਾਂ ਉਹਦੇ ਚ ਗੰਨਾ ਲਗਾਉਣਾ ਹੈ ਜੀ ਗੰਨਾ ਲਗਾਉਣਾ ਉਹ ਕਿਹੜੇ ਤਰੀਕੇ ਦੇ ਨਾਲ ਤੁਸੀਂ ਅੱਗੇ ਵੀਡੀਓ ਜੀ ਦੇਖ ਲਓ ਟਰੇ ਜਿਹੜੀ ਹੈ ਆਪਣੀ ਅੱਧੀ ਭਰ ਗਈ ਤਾਂ ਹੁਣ ਅਸੀਂ ਇਸ ਦੇ ਵਿੱਚ ਜਿਹੜੀਆਂ ਗੁੱਲੀਆਂ ਉਹ ਲਗਾਉਣੀਆਂ ਸ਼ੁਰੂ ਕਰਾਂਗੇ ਗੁੱਲੀਆਂ ਲਗਾਉਣ ਵੇਲੇ ਤੁਸੀਂ ਇਸ ਗੱਲ ਦਾ ਇੱਕ ਗੱਲ ਦਾ ਖਾਸ ਕਰਕੇ ਧਿਆਨ ਰੱਖਣਾ ਹੈ ਕਿ ਜਿਹੜਾ ਅੱਖ ਵਾਲਾ ਹਿੱਸਾ ਉਹ ਉੱਪਰ ਆਉਣਾ ਚਾਹੀਦਾ ਮਤਲਬ ਆਖਾ ਜਿਹੜੀ ਉਹ ਨਾਰੀਅਲ ਦੇ ਬੂਰੇ ਵਿੱਚੋਂ ਬਾਹਰ ਰਹਿਣੀ ਚਾਹੀਦੀ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖ ਲਿਓ ਅੱਖ ਉੱਪਰ ਆਉਣੀ ਚਾਹੀਦੀ ਹੈ ਇਸ ਤਰੀਕੇ ਦੇ ਨਾਲ ਤੁਸੀਂ ਸਾਰੀ ਟ੍ਰੇ ਦੇ ਵਿੱਚ ਗੁੱਲੀਆਂ ਲਗਾ ਦੇਣੀਆਂ ਹੈ ਜੀ ਤੇ ਗੁੱਲੀਆਂ ਲਗਾਉਣ ਤੋਂ ਬਾਅਦ ਅਸੀਂ ਇਸ ਦੇ ਉੱਪਰ ਜਿਹੜਾ ਹਲਕੀ-ਹਲਕੀ ਮਾਤਰਾ ਦੇ ਵਿੱਚ ਜਿਹੜਾ ਉਹ ਨਾਰੀਅਲ ਦਾ ਬੂਰਾ ਪਾ ਦੇਣਾ ਇਹ ਗੁੱਲੀਆਂ ਪੂਰੀ ਤਰ੍ਹਾਂ ਲੱਗੀਆਂ ਨਹੀਂ ਹੁਣ ਆਪਾਂ ਨਾਰੀਅਲ ਦਾ ਬੂਰਾ ਜਿਹੜਾ ਜੀ ਆਪਾਂ ਇਸ ਦੇ ਉੱਪਰ ਪਾ ਦੇਣਾ ਨਰੀਗਲ ਦਾ ਬੂਰਾ ਹੈ ਖਾਸ ਕਰਕੇ ਤੁਸੀਂ ਧਿਆਨ ਰੱਖਣਾ ਕਿ ਇਹਨੂੰ ਵਾਧੂ ਜਿਹੜਾ ਬੂਰਾ ਜੀ ਉੱਪਰੋਂ ਕੱਢ ਦੇਣਾ ਹੈ ਵਾਧੂ ਬੂਰਾ ਨਹੀਂ ਰਹਿਣ ਦੇਣਾ ਤੇ ਚੰਗੀ ਤਰ੍ਹਾਂ ਇਸ ਨੂੰ ਪਾਣੀ ਦੇ ਦੇਣਾ ਹੈ 50% ਦੇ ਕਰੀਬ ਜਿਹੜੀ ਨਮੀ ਉਹ ਬਣਾ ਕੇ ਰੱਖਣੀ ਹੈ ਜੀ ਤੇ ਇਸ ਨੂੰ ਗ੍ਰੀਨ ਨੈਟ ਦੇ ਹੇਠਾਂ ਆਪਾਂ ਨੂੰ ਰੱਖਣਾ ਹੈ ਜੀ ਗ੍ਰੀਨ ਨੈਟ ਦੇ ਹੇਠਾਂ ਰੱਖਣਾ ਪਾਣੀ ਦਾ ਖਾਸ ਕਰਕੇ ਧਿਆਨ ਰੱਖਣਾ ਹੈ ਨਮੀ ਜਿਹੜੀ ਉਹ ਬਣਾ ਕੇ ਰੱਖਣੀ ਹੈ ਜੀ 50% ਦੇ ਕਰੀਬ ਤੇ ਲਗਭਗ ਲਗਭਗ 10 ਦਿਨਾਂ ਚ ਗੰਨਾ ਜਿਹੜਾ ਉਹ ਉੱਗਣਾ ਸ਼ੁਰੂ ਹੋ ਜਾਏਗਾ ਤੁਹਾਨੂੰ ਦਿਖਣ ਲੱਗ ਜਾਏਗਾ ਤੇ ਖਾਦ ਪਾਣੀ ਬਾਰੇ ਪਹਿਲਾਂ ਵੀਡੀਓ ਜਿਹੜੀਆਂ ਆਪਣੀਆਂ ਬਣੀਆਂ ਹੋਈਆਂ ਨੇ ਕਿ ਟਰੇਆਂ ਵਾਲੇ ਮਟੀਰੀਅਲ ਨੂੰ ਖਾਦ ਪਾਣੀ ਕਿਵੇਂ ਦੇਣਾ ਹੈ ਜੀ ਉਹ ਤੁਸੀਂ ਦੇਖ ਲਿਓ ਤੇ ਇਹ ਤੁਸੀਂ ਪ੍ਰੋਸੈਸ ਪੂਰਾ ਐਵੇਂ ਕਰਨਾ ਹੈ ਪਾਣੀ ਦਾ ਤੇ ਧੁੱਪ ਦਾ ਇਹਨਾਂ ਦੋ ਚੀਜ਼ਾਂ ਨੂੰ ਤੁਸੀਂ ਤਿਆਰ ਰੱਖਣਾ ਹੈ ਗ੍ਰੀਨ ਨੈਟ ਦੇ ਥੱਲੇ ਰੱਖੋਗੇ ਗੰਨਾ ਤਾਂ ਜਿਆਦਾ ਵਧੀਆ ਹੋਊਗਾ ਜੀ ਕਣਕਾਂ ਵਾਲੇ ਖੇਤਾਂ 'ਚ ਆਪਾਂ ਇਹ ਸਕਿੰਨਿੰਗ ਲਗਾ ਸਕਦੇ ਹਾਂ ਇਹ ਤੁਸੀਂ ਦੇਖ ਲਓ ਸਾਡੇ ਕੋਲ ਗੰਨਾ ਕਿਹੜਾ ਉਹ ਉੱਗਿਆ ਹੋਇਆ ਤੇ ਬਹੁਤ ਵਧੀਆ ਇਹ ਜਰਮੀਨੇਸ਼ਨ ਹੋ ਜਾਂਦੀ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਸਾਨੂੰ ਨਹੀਂ ਆਉਂਦੀ ਬਸ ਇਹਦਾ ਕੁਝ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਇਸ ਤੇ ਮੌਸਮ ਦਾ ਪਾਣੀ ਦਾ ਜਿਹੜਾ ਅਫੈਕਟ ਪੈਂਦਾ ਹੈ ਸਿੱਧੀ ਜਿਹੇ ਲਾਈਟ ਚ ਆਪਾਂ ਰੱਖ ਦੇਣ ਤਾਂ ਪਾਣੀ ਜਿਹੜਾ ਡਰਾਈ ਹੋ ਗਿਆ ਤਾਂ ਸਾਡੇ ਜਿਹੜੇ ਬੂਟੇ ਖਰਾਬ ਹੋਣ ਦੀ ਸਮੱਸਿਆ ਸਾਨੂੰ ਆ ਜਾਊਗੀ ਬਸ ਇਹਨਾਂ ਗੱਲਾਂ ਦਾ ਧਿਆਨ ਰੱਖਿਓ ਤਾਂ ਡਿਪਨੀ ਬਹੁਤ ਵਧੀਆ ਹੋ ਜਾਊਗੀ ਜੇ ਕੋਈ ਖਰੀਦਣਾ ਚਾਹੁੰਦਾ ਹੈ ਤਾਂ ਮੈਂ ਪਹਿਲਾਂ ਸਾਰੀ ਡਿਟੇਲ ਦੱਸ ਦਿੱਤੀ ਹੈ ਜੀ ਜੇ ਵੀਡੀਓ ਇੱਕ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਜਰੂਰ ਕਰਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ